ਕਿੱਥੋਂ ਦਾ ਰਹਿਣ ਵਾਲਾ, ਕੀ ਨਿਯਮ ਫੜਿਆ ਗਿਆ? ਕੱਲ੍ਹ SSP ਸਾਹਿਬ ਸ਼੍ਰੀ ਵਿਕਰਮਜੀਤ ਦੁੱਗਲ ਜੀ ਦੀਆਂ ਹੁਕਮਾਂ ਅਨੁਸਾਰ ਅਤੇ SP ਸਿਟੀ ਸਾਹਿਬ ਪਟਿਆਲਾ, DSP ਸਾਹਿਬ ਸਿਟੀ 1 ਸ਼੍ਰੀ ਯੋਗੇਸ਼ ਜੀ ਦੇ ਹੁਕਮਾਂ ਅਨੁਸਾਰ ਜਿਹੜੀ ਅਸੀਂ ਨਾਕੇ ਅਤੇ ਗਸ਼ਤਾਂ ਲਗਾਤਾਰ ਲਾ ਰਹੇ ਸੀ ਅਤੇ ਨਸ਼ਾ ਵਿਰੁੱਧ ਅਸੀਂ ਸਪੈਸ਼ਲ ਮੁਹਿੰਮ ਚਲਾਈ ਹੋਈ ਹੈ, ਜਿਸ ਦੇ ਤਹਿਤ ਨਾਕਾ ਲਾ ਕੇ ਸਾਡੇ ਪੁਲਿਸ ਅਫਸਰਾਂ ਨੇ ਇਹਨੂੰ ਲਵੀਸ਼ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ, ਜਿਹਦੇ ਤੋਂ ਅੱਧਾ ਕਿਲੋ ਸਮੈਕ ਬਰਾਮਦ ਕੀਤੀ। ਕਿੱਥੋਂ ਲਿਆਉਂਦੇ ਸੀ, ਕਿੱਥੇ ਵੇਚਦੇ ਸੀ, ਕੋਈ ਇਸਦੇ ਪਹਿਲੇ ਵੀ ਕੇਸ ਵਗੈਰਾ ਹੈਗੇ? ਇਹ ਦਿੱਲੀ ਤੋਂ ਲਿਆ ਕੇ ਪੰਜਾਬ 'ਚ ਜਿਹੜਾ ਛੋਟੇ ਛੋਟੇ ਉਹਨੂੰ ਕੁੜੀਆਂ 'ਚ ਬਣਾ ਕੇ ਵੇਚਦਾ ਸੀ ਅਤੇ ਇਸਦੇ ਖਿਲਾਫ਼ ਪਹਿਲਾਂ ਵੀ ਦੋ ਮੁਕੱਦਮੇ ਦਰਜ ਨੇ, ਜੋ ਸਦਰ ਥਾਣੇ ਦੇ ਏਰੀਏ 'ਚ ਦੋਨੋਂ ਮੁਕੱਦਮੇ ਦਰਜ ਹੋਏ। ਕਿੰਨੇ ਚਿਰ ਤੋਂ ਕੰਮ ਕਰ ਰਿਹਾ ਸੀ, ਕੁਛ ਪਤਾ ਲੱਗਿਆ ਕਿੱਥੇ ਵੇਚਦਾ ਸੀ? ਇਹ ਪਿਛਲੇ 2-3 ਸਾਲਾਂ ਤੋਂ ਇਹ ਕੰਮ ਕਰ ਰਿਹਾ, ਪਹਿਲਾਂ ਵੀ ਫੜਿਆ ਗਿਆ ਸੀਗਾ, ਹੁਣ ਜਦੋਂ ਇਹ ਜੇਲ੍ਹ 'ਚੋਂ ਬਾਹਰ ਆਇਆ ਫਿਰ ਕੰਮ ਕਰਨ ਲੱਗ ਗਿਆ ਸੀ। ਕਿਉਂ ਇਹਦੀ ਪ੍ਰੋਪਰਟੀ ਵਗੈਰਾ ਵੀ ਜਿਹੜੇ ਪਹਿਲਾਂ ਇੰਨੇ ਪੈਸੇ ਜਿਹੜੇ ਵੇਚੀ ਹੈ ਉਹਦੀ ਕੋਈ ਪ੍ਰੋਪਰਟੀ ਵਗੈਰਾ ਸੀਲ ਵੀ ਹੋਈ? ਅਸੀਂ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੇਕਰ ਕੋਈ ਇਹਨੇ ਪ੍ਰੋਪਰਟੀ ਇਸ 'ਚ ਬਣਾਈ ਹੈ ਤਾਂ ਅਸੀਂ ਉਹਨੂੰ ਫਰੀਜ਼ ਕਰਾਵਾਂਗੇ। ਕਿੰਨੀ ਕੀਮਤ ਇਹਦੀ ਹੈਗੀ ਜਿਹੜੀ ਇਸ ਟਾਈਮ ਜਿਹੜੀ ਲਿੱਤੀ ਗਈ? ਜਿਹੜੀ ਅਸੀਂ ਇਹ ਬਰਾਮਦ ਕੀਤੀ ਹੈ ਇਹਨੂੰ ਇਹ 2 ਲੱਖ ਰੁਪਏ 'ਚ ਦਿੱਲੀ ਤੋਂ ਲੈ ਕੇ ਆਇਆ ਸੀ ਅਤੇ ਅੱਗੇ ਇਹਨੇ 5 ਲੱਖ 'ਚ ਉਹਨੂੰ ਪਰਚੂਨ ਛੋਟੇ ਛੋਟੇ ਹਿੱਸਿਆਂ 'ਚ ਕਰਕੇ ਵੇਚਣਾ ਸੀ। ਇੱਕ ਸਰ ਪਤਾ ਲੱਗੇ ਵੀ ਜਿਹਨਾਂ ਲੋਕਾਂ ਨੂੰ ਦਿੰਦਾ ਸੀ ਪੂਰੇ ਬਣਾ ਕੇ ਛਾਣਬੀਨ ਉਹਨਾਂ ਦੀ ਵੀ ਕਰ ਰਹੇ ਜਿਹੜੇ ਯੂਜ਼ ਕਰਦੇ ਸੀ? ਜੋ ਵੀ ਇਹ ਤੋਂ ਅੱਗੇ ਖਰੀਦਦੇ ਸੀ ਅਸੀਂ ਉਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਵੀ ਅਸੀਂ ਲੈ ਕੇ ਆਵਾਂਗੇ। ਠੀਕ ਹੈ।